ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਅੱਜ ਫਿਰ ਮੈਂ ਦੁਬਾਰਾ ਤੁਹਾਡੇ ਨਾਲ ਲਾਈਵ ਅਰਵਿੰਦ ਕੇਜਰੀਵਾਲ ਜੀ, ਸੰਜੇ ਸਿੰਘ ਉਹਨਾਂ ਦੇ ਫੋਨ ਆਇਆ। ਇਸ ਵਕਤ ਰਾਤ ਦੇ 2 ਵਜੇ ਹੋਏ ਨੇ ਅਤੇ ਕਿਉਂਕਿ ਅਸੀਂ ਸੌਂਦੇ ਨਹੀਂ ਅਤੇ ਪਤਾ ਲੱਗਿਆ ਕਿ ਸੁਖਬੀਰ ਬਾਦਲ ਅੰਮ੍ਰਿਤਸਰ ਸਾਊਥ ਤੋਂ ਕਾਗਜ਼ ਭਰ ਰਿਹਾ ਕੱਲ੍ਹ ਨੂੰ, ਕਿਉਂਕਿ ਕੱਲ੍ਹ ਨੂੰ ਮੀਨਸ ਅੱਜ ਹੀ, ਅਤੇ ਅੱਜ ਮੈਂ ਜਲਾਲਾਬਾਦ ਤੋਂ ਕਾਗਜ਼ ਭਰ ਰਿਹਾ ਅਤੇ ਆਖਰੀ ਦਿਨ ਉਹ ਵੀ ਕਾਗਜ਼ ਭਰ ਰਿਹਾ, ਤਾਂ ਕਿ ਭਗਵੰਤ ਮਾਨ ਨੂੰ ਮੌਕਾ ਨਾ ਮਿਲੇ ਉੱਥੋਂ ਕਾਗਜ਼ ਭਰਨ ਦਾ। ਕਿਉਂਕਿ ਜਦੋਂ ਕਾਗਜ਼ ਭਰਨੇ ਨੇ ਤਾਂ ਇੱਕ ਰੂਲ ਹੈ, ਨਿਯਮ ਹੈ ਕਿ ਓਥ ਲੈਣੀ ਪੈਂਦੀ ਹੈ ਵੀਡੀਓ ਦੇ ਵਿੱਚ, ਇਸ ਤਰ੍ਹਾਂ ਕਰਕੇ ਕਿ ਮੈਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਮੰਨੂੰਗਾ, ਸਾਰੀਆਂ ਨਿਯਮ ਕਾਨੂੰਨ ਮੁਤਾਬਕ ਚੱਲੂੰਗਾ। ਤਾਂ ਕਾਗਜ਼ ਇਹ ਨਹੀਂ ਹੋ ਸਕਦਾ ਕਿ ਮੈਂ ਜਲਾਲਾਬਾਦ ਤੋਂ ਵੀ ਭਰਾਂ ਅਤੇ ਨਾਲ ਦੀ ਨਾਲ ਫਿਰ ਮੈਂ ਕੋਈ ਕੋਈ ਮੇਰੇ ਬਿਹਾਫ 'ਤੇ ਕੋਈ ਬੰਦਾ ਹੋਰ ਕਾਗਜ਼ ਨਹੀਂ ਭਰ ਸਕਦਾ, ਮੈਨੂੰ ਉੱਥੇ ਪਰਸਨਲੀ ਜਾਣਾ ਪਊਗਾ। ਸੋ ਇਹਨਾਂ ਨੇ ਚਾਲ ਖੇਡੀ ਆ ਹੁਣ ਕਿ ਭਗਵੰਤ ਮਾਨ ਨੂੰ ਉਹਦਾ ਮੌਕਾ ਮਿਲ ਜਾਵੇ। ਚਲੋ ਕੋਈ ਗੱਲ ਨਹੀਂ, ਜੇ ਚੋਰੀਓਂ ਲੜ ਰਹੇ ਹੋ ਤਾਂ ਸੁਖਬੀਰ ਜੀ ਤੁਹਾਨੂੰ ਮੁਬਾਰਕਾਂ। ਚਲੋ ਇਸ ਗੱਲ ਦਾ ਤਾਂ ਪਤਾ ਲੱਗ ਜੂਗਾ ਹੁਣ ਕਿ ਤੁਸੀਂ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਅਤੇ ਅੱਜ ਤੁਸੀਂ ਚੋਰੀਓਂ ਕਾਗਜ਼ ਭਰਨ ਦੀ ਕੋਸ਼ਿਸ਼ ਕਰ ਰਹੇ ਹੋ। ਅਤੇ ਕੈਪਟਨ ਅਮਰਿੰਦਰ ਸਿੰਘ ਜੀ ਲੰਬੀ ਤੋਂ ਸੋ ਕਾਲਡ ਕੱਲੇ ਕਾਗਜ਼ ਭਰ ਰਹੇ ਨੇ, ਲੜ ਨਹੀਂ ਰਹੇ, ਕਿਉਂਕਿ ਜੇ ਉਹਨਾਂ ਨੂੰ ਫਿਕਰ ਹੁੰਦਾ ਪੰਜਾਬ ਦਾ ਤਾਂ ਇਸ ਤੋਂ 25 ਸਾਲ ਪਹਿਲਾਂ ਬਾਦਲਾਂ ਵਿਰੁੱਧ ਲੜਦੇ, ਪਹਿਲਾਂ ਉਹਨਾਂ ਵੱਲੋਂ ਲੜਦੇ ਰਹੇ ਨੇ, ਜਾਂ ਮਜੀਠੀਆਂ ਵਿਰੁੱਧ ਲੜਦੇ, ਜਾਂ ਫਿਰ ਸੁਖਬੀਰ ਵਿਰੁੱਧ ਲੜਦੇ, ਅਤੇ ਇਮੀਡੀਏਟਲੀ ਸੋਰੀ ਮੈਂ ਥੋੜ੍ਹਾ ਕੈਜੂਅਲ ਦੇ ਵਿੱਚ ਹਾਂ, ਅਤੇ ਮੈਂ ਤਾਂ ਕੰਪਿਊਟਰ 'ਤੇ ਕੋਈ ਕੰਮ ਕਰ ਰਿਹਾ ਸੀ ਕਿ ਕੇਜਰੀਵਾਲ ਸਾਹਿਬ ਦਾ ਫੋਨ ਆਇਆ ਕਿ ਇਮੀਡੀਏਟਲੀ ਇਹ ਗੱਲ ਪੰਜਾਬੀਆਂ ਨੂੰ ਦੱਸੋ ਕਿ ਸੁਖਬੀਰ ਬਾਦਲ ਅੰਮ੍ਰਿਤਸਰ ਤੋਂ ਕੱਲ੍ਹ ਨੂੰ ਕਾਗਜ਼ ਭਰੂਗਾ। ਔਰ ਮੈਂ ਕਹਿੰਦਾ ਇੱਕੋ ਸੀਟ ਤੋਂ ਲੜੋ ਨਾ, ਜਲਾਲਾਬਾਦ ਹੈਗੀ ਤਾਂ ਹੈਗੀ ਹੈ, ਤੁਹਾਨੂੰ ਕਾਹਦਾ ਖਤਰਾ? ਕੈਪਟਨ ਵੀ 2 ਸੀਟਾਂ ਤੋਂ ਲੜ ਰਹੇ, ਸੁਖਬੀਰ ਬਾਦਲ ਵੀ 2 ਸੀਟਾਂ ਤੋਂ ਲੜ ਰਹੇ, ਇਹਦਾ ਮਤਲਬ ਸੇਫ ਸੀਟ ਜਾਂ ਸਮਥਿੰਗ ਲਾਈਕ ਦੈਟ, ਇਸ ਤਰ੍ਹਾਂ ਦੀਆਂ ਗੱਲਾਂ ਕੁਝ ਹੋ ਰਹੀਆਂ। ਸੋ ਵੀਰੋ, ਨੀਂਦ ਨਹੀਂ ਆਉਂਦੀ, ਕਿਉਂਕਿ ਅਬਦੁਲ ਕਲਾਮ ਜੀ ਨੇ ਕਿਹਾ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਤੁਹਾਨੂੰ ਨੀਂਦ 'ਚ ਆਉਂਦੇ ਨੇ, ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ। ਪੰਜਾਬ ਦੇ ਕਿਸਾਨਾਂ ਨੂੰ ਆਤਮ ਹੱਤਿਆ ਤੋਂ ਬਚਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ। ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ ਉਹਨਾਂ ਦੀ ਤਰੱਕੀ ਕਰਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ। ਪੰਜਾਬ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਚੁੰਨੀਆਂ ਬਚਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ। ਪੰਜਾਬ ਦੇ ਬਜ਼ੁਰਗਾਂ ਦੇ ਇਲਾਜ ਕਰਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ। ਪੰਜਾਬ ਦੇ ਵਪਾਰੀਆਂ ਦਾ ਵਪਾਰ ਵਧਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ। ਪੰਜਾਬ ਦੇ ਦਲਿਤਾਂ ਦੀ ਇੱਜ਼ਤ, ਪੰਜਾਬ ਦੇ ਦਲਿਤਾਂ ਨੂੰ ਬਣਦਾ ਮਾਣ ਸਨਮਾਨ ਦਿਵਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ। ਧੰਨਵਾਦ, ਤੁਸੀਂ ਇਸ ਵਕਤ ਵੀ ਮੇਰੇ ਖਿਆਲ 'ਚ ਲਓ ਜੀ 2K 2K ਇਸ ਵਕਤ ਲਾਈਵ ਦੇ ਵਿੱਚ 2K 2 ਵਜੇ 2 ਵਜ ਕੇ ਸਮਥਿੰਗ ਟਾਈਮ ਹੋਇਆ।
ਸੋ ਧੰਨਵਾਦ, ਤੁਸੀਂ ਪਿਆਰ ਦਿੰਦੇ ਹੋ, ਵੈਸੇ ਤੁਹਾਡਾ ਪਿਆਰ ਵੀ ਸਾਨੂੰ ਸੌਣ ਨਹੀਂ ਦਿੰਦਾ, ਬਹੁਤ ਬਹੁਤ ਮਿਹਰਬਾਨੀ। ਇਨਕਲਾਬ ਜ਼ਿੰਦਾਬਾਦ।